ਜੇ ਸਕਾਰਾਤਮਕ ਤਰੀਕੇ ਨਾਲ ਦੇਖੋਗੇ ਤਾਂ ਦੁਨੀਆ ਦਾ ਹਰ ਕੋਨਾ ਹੈਗਾ ਸਵਰਗ ਅੱਜ ਆਪਾਂ ਨੂੰ ਆਪਣੀ ਜੀਤੋ ਘਮਾਉਗੀ ਸੈਂਟ ਪੀਟਰਸਬਰਗ ਜਿਹੜੇ ਗਲਤ ਸੋਚਦੇ ਆ ਉਹਨਾਂ ਦੇ ਵਿਚਾਰ ਹੋ ਰਹੀ ਆ ਐਵੇਂ ਦਾ ਕੁਛ ਨਹੀਂ ਹੁੰਦਾ ਮਿੱਤਰੋ ਕਿਉਂਕਿ ਇਹ ਓਪਨ ਮਾਈਂਡਡ ਨੇ ਗੋਰੀਆਂ ਵੈਲਕਮ ਬੈਕ ਟੂ ਅਨਦਰ ਬਲੌਗ ਗਾਇਸ ਅਤੇ ਮੋਰਨਿੰਗ ਹੋ ਗਈ ਕਿਉਂਕਿ ਆਪਣੀ ਤਾਂ ਦੁਪਹਿਰੇ ਨੂੰ ਮੋਰਨਿੰਗ ਆਉਂਦੀ 1 ਵਜੇ ਉੱਠਦਾ ਮੈਂ ਰਾਤ ਨੂੰ ਕਿਉਂਕਿ ਉਰੇ ਦਿਨ ਤਾਂ ਢਲਦਾ ਹੀ ਨਹੀਂ ਰਾਤ ਨੂੰ ਵੀ ਖੜਿਆ ਰਹਿੰਦਾ ਸੋ ਹੁਣ ਆਪਣੀ ਹੋਸਟ ਨੇ ਆਪਣੇ ਵਾਸਤੇ ਬਣਾਇਆ ਬ੍ਰੇਕਫਾਸਟ ਅਤੇ ਆਪਾਂ ਬਣਾਉਂਦੇ ਉਹਦੇ ਵਾਸਤੇ ਚਾਹ ਫਿਰ ਬ੍ਰੇਕਫਾਸਟ ਕਰਦੇ ਹਾਂ ਤੇ ਆਪਾਂ ਚਾਹ ਬਣਾ ਰਹੇ ਹਾਂ ਆਪਣੀ ਇਹਨੂੰ ਉਰੇ ਮਸਾਲਾ ਟੀ ਕਹਿੰਦੇ ਨੇ ਆਪਣੀ ਚਾਹ ਨੂੰ ਮਤਲਬ ਇੰਡੀਅਨ ਨੂੰ ਮਸਾਲਾ ਟੀ ਬਟ ਇਨ ਮਾਈ ਕੰਟਰੀ ਨਾਰਮਲ ਚਾਹ ਨਾਟ ਮਸਾਲਾ ਟੀ ਯਾ ਸੇ ਚਾਹ ਸੋ ਯੂ ਆਲਵੇਸ ਡ੍ਰਿੰਕ ਇਟ ਵਿਦ ਮਿਲਕ ਯਾ ਆਲਵੇਸ ਇਨ ਡੇ ਸ਼ੂਗਰ ਆਲਵੇਸ ਮਿਲਕ ਸ਼ੂਗਰ ਐਂਡ ਆਲ ਇਨਗਰੀਡੀਐਂਟਸ ਯੂਜ਼ੁਅਲੀ ਇਨ ਡੇ ਵੀ ਟੇਕ 3 ਟਾਈਮਸ ਮਾਰਨਿੰਗ ਐਂਡ ਆਫਟਰਨੂਨ ਐਂਡ ਮੇ ਬੀ ਇਨ ਈਵਨਿੰਗ ਟਾਈਮ ਡਾਰਜਲਿੰਗ ਟੀ ਸੀ ਤੇ ਆਪਣੀ ਹੋਸਟ ਉੱਥੋਂ ਇੰਡੀਆ ਗਈ ਸੀ ਕਾਫੀ ਕੰਟਰੀਆਂ ਘੁੰਮੀ ਹੋਈ ਉੱਥੋਂ ਲੈ ਕੇ ਆਏ ਸੀ ਮਿੱਠਾ ਘੱਟ ਹੈ do you like masala tea it's like the tea I tried in india but I awesome. Put the sugar less thank you yeah it's really good but if I put a lot of sugar it's great taste you know maybe much delicious then that it's delicious already nice ore yaar khand wala chakkar hai yaar ਮਤਲਬ ਉਹ ਪੈਕਟਾਂ ਜਿਹੜੀ ਖੰਡ ਸੀ ਇਹਦੇ ਕੋਲ ਖੁੱਲ੍ਹੀ ਨਹੀਂ ਸੀ ਮੈਂ ਜੇ ਜ਼ਿਆਦਾ ਪੈ ਗਈ ਫਿਰ ਔਖਾ ਹੋ ਜਾਊਗਾ ਘੱਟ ਜਿਹੀ ਫਾਇਦਾ ਹੁਣ ਤਾਂ ਆਪਾਂ ਹੋਰ ਵੀ ਪਾ ਸਕਦੇ ਹਾਂ ਐਗ ਕਕੁੰਬਰ ਅਤੇ ਆਹ ਬ੍ਰੇਕਫਾਸਟ ਹੈ ਨਾਲ ਚਾਹ ਆਪਣੇ ਤਾਂ ਖੀਰਾ ਮਤਲਬ ਆਪਾਂ ਖਾਂਦੇ ਹਾਂ ਲਾਈਕ ਸੈਲਡ ਸਲਾਦ ਖਾਂਦੇ ਹਾਂ ਨਾ ਉਰੇ ਬ੍ਰੇਕਫਾਸਟ 'ਚ ਖਾਂਦੇ ਨਾਲ ਅੰਡਾ ਅਤੇ ਚਾਹ ਆਪਾਂ ਨੇ ਬਣਾਈ ਹੈ ਕਹਿੰਡ ਹੈ ਯਾਰ ਟੇਸਟ ਬਟ ਇਜ਼ ਦਿਸ ਦਿਸ ਇਜ਼ ਫੋਰ ਯੂ ਨਹੀਂ ਬਟ ਇਜ਼ ਸਿਰੋਕ ਸਿਲੋਕ ਇਟਸ ਸਿਰੋਕ ਸਿਰੋਕ ਇਟਸ ਸਵੀਟ ਯੈਸ ਓਕੇ ਆ ਸਿਰੋਕ ਹੈ ਮਿੱਠੀ ਚੀਜ਼ ਹੈ ਕੋਈ ਖਾਣ ਵਾਲੀ ਵੈਨ ਯੂ ਕਮ ਇਨ ਇੰਡੀਆ ਐਂਡ ਕਮ ਇਨ ਪੰਜਾਬ ਟੂ ਮਾਈ ਹੋਮ ਟਾਊਨ ਪੰਜਾਬ ਯਾ ਪੰਜਾਬ ਓਕੇ ਪੰਜਾਬ ਇਟਸ ਅ ਟਾਊਨ ਯਾ ਟਾਊਨ ਲਾਈਕ ਪੰਜਾਬ ਇਜ਼ ਅ ਪ੍ਰੋਵਿੰਸ ਇਨ ਇੰਡੀਆ ਆ ਇਟਸ ਅ ਪ੍ਰੋਵਿੰਸ ਯਾ ਐਂਡ ਵਾਟਸ ਯੋਰ ਹੋਮ ਟਾਊਨ ਸੰਗਰੂਰ ਸੰਗਰੂਰ ਯਾ ਓਕੇ ਆਵਾ ਮੋਸਟ ਵੈਲਕਮ In south side people mostly gives preference to his mother language in Tamil Nadu like Tamil Kerala Malayalam you know about Kerala Kerala is a land of God it's so beautiful haven't heard no I will show some pictures okay te mainu samjhaya so samjhi gane bhi har ਸਟੇਟ 'ਚ ਆਪਦੀ ਅਲੱਗ ਭਾਸ਼ਾ ਇਹ ਸੋਚਦੀ ਹੈ ਵੀ ਇੰਡੀਆ 'ਚ ਤਾਂ ਹਿੰਦੀ ਬੋਲਦੇ ਨੇ ਸਾਰੇ ਭਾਰਤ 'ਚ ਹੁਣ ਸਾਊਥ ਸਾਈਡ ਮੈਂ ਗਿਆ ਸੀ ਉੱਥੇ ਤਾਂ ਨਹੀਂ ਹਿੰਦੀ ਬੋਲਦੇ ਯਾਰ ਕੇਰਲਾ 'ਚ ਜਿਵੇਂ ਮਲਿਆਲਮ ਹੈ ਨਾ ਤਾਮਿਲਨਾਡੂ 'ਚ ਅਲੱਗ ਆਪਣੀ ਨੈਸ਼ਨਲ ਲੈਂਗੁਏਜ ਹੈ ਨਾ ਹਿੰਦੀ 'ਚ ਹੈ ਨਾ ਪਰ ਮੋਸਟਲੀ ਇੰਡੀਆ 'ਚ ਡਿਫਰੈਂਟ ਕਲਚਰ ਤਾਂ ਕਰਕੇ ਅਲੱਗ ਅਲੱਗ ਭਾਸ਼ਾਵਾਂ ਨੂੰ ਪਹਿਲ ਦਿੱਤੀ ਜਾਂਦੀ ਹੈ ਸੋ ਆਪਾਂ ਬ੍ਰੇਕਫਾਸਟ ਇੰਜੋਏ ਕਰਦੇ ਹਾਂ So you just trust? Yeah, it's trust. Wow. But I remember when we went to a Sikh temple, we had to wear something on our head. Cover? Yeah, cover head. Don't wear short clothes. Yes. And also remove shoes.
And maybe I think also we washed our feet. Yeah, oh well, yeah. And that's hands. That's also the and hands. Yeah. Mm-hmm. And also I remember when I went there, the food was so good. Yeah. So I had like a whole big plate yeah. of everything. If you go anywhere in this world in my temple, so free of cost food, 24 hours, 7 days. Mm-hmm. In my mother tongue says langar. Langar. Yeah. Mm. Yeah. But it was very hard for me to finish the food. And I was with other friends. Mm. That was maybe like 6 years ago or yeah, longer. I was with my friends and they said that it's not polite to leave any food. Like I took it, yeah. I should eat yeah. it. And I was so full. So I really struggled. Mm. And I thought, why have I taken so much? Where you go in Sikh temple? Which where? Mm-hmm. It was in Kuala Lumpur, in Malaysia. Oh, Malaysia, okay. ਤੇ ਇਹ ਕਹਿੰਦੀ ਮੈਂ ਸਿੱਖ ਟੈਂਪਲ 'ਚ ਗਈ ਸੀ ਕਈ 5-6 ਸਾਲ ਪਹਿਲਾਂ ਆਪਣੇ ਦੋਸਤ ਨਾਲ ਅਤੇ ਉੱਥੇ ਮੈਨੂੰ ਫਰੀ 'ਚ ਖਾਣਾ ਮਿਲਿਆ ਸੀ ਅਤੇ ਕਹਿੰਦੀ ਇੰਨਾ ਜ਼ਿਆਦਾ ਖਾਣਾ ਸੀ ਮੈਨੂੰ ਔਖਾ ਹੋ ਗਿਆ ਸੀ ਖਾਣਾ ਪਰ ਮੇਰੇ ਦੋਸਤ ਨੇ ਦੱਸਿਆ ਵੀ ਉਹਨੇ ਝੂਠਾ ਛੱਡਣਾ ਮਨ ਹੈ ਤਾਂ ਦੇਖੋ ਬਾਬਿਓ ਆਹ ਹੁੰਦੀ ਹੈ ਹੈ ਨਾ ਗੱਲਬਾਤ ਤਾਂ ਇੰਪ੍ਰੈਸ ਨੇ ਆਪਣੇ ਧਰਮ ਤੋਂ ਮੈਂ ਸਿੱਖੀ ਤੋਂ ਸੋ ਆਈ ਥਿੰਕ ਯੂ ਹੈਵ ਅ ਗ੍ਰੇਟ ਮੈਮਰੀਜ਼ ਡੈਫੀਨੇਟਲੀ ਐਂਡ ਆਈ ਰਿਮੈਂਬਰ ਦ ਪੀਪਲ ਵਰ ਵੈਰੀ ਫ੍ਰੈਂਡਲੀ Everybody was wearing a turban. Yeah, turban. It's represent the Punjabis. Mm-hmm. Like a different identity of our culture. Tied but up. You don't wear it. I am learning before I came in Russia. Mm-hmm. But some problems. I will show my pictures with turban. Okay. ਲੈ ਮਿੱਤਰੋ ਜੇ ਸਕਾਰਾਤਮਕ ਤਰੀਕੇ ਨਾਲ ਦੇਖੋਗੇ ਤਾਂ ਦੁਨੀਆ ਦਾ ਹਰ ਕੋਨਾ ਹੈਗਾ ਸਵਰਗ ਅੱਜ ਆਪਾਂ ਨੂੰ ਆਪਣੀ ਜੀਤੋ ਘੁਮਾਊਗੀ ਸੈਂਟ ਪੀਟਰਸਬਰਗ ਤਾਂ ਆਪਾਂ ਚੱਲੇ ਹਾਂ ਸੈਂਟ ਪੀਟਰਸਬਰਗ ਘੁੰਮਣ ਮੇ ਵੀ 2-3 ਦਿਨ ਤਾਂ ਲੱਗ ਜਾਣਗੇ ਘੁੰਮਣ ਨੂੰ ਪਰ ਅੱਜ ਸਿਰਾ ਹੀ ਹੋਊਗਾ ਸੋ ਓਲਾ ਸੇ ਸਮਥਿੰਗ ਇਨ ਰਸ਼ੀਅਨ ਟੂ ਮਾਈ ਪੰਜਾਬੀ ਫ੍ਰੈਂਡ ਇਨ ਰਸ਼ੀਅਨ ਯਾ ਵਾਟ ਕੈਨ ਆਈ ਅਬਾਊਟ ਵਾਟ ਅਬਾਊਟ ਸੈਂਟ ਪੀਟਰਸਬਰਗ Санкт-Петербург очень красивый город. Приезжайте, мы вам все покажем. Здесь волшебная атмосфера, особенно летом. Ну, всегда, в принципе. Эне кэ би Санкт-Петербург जरूर आई हो घूमन जे रशिया आओगे. ते बाकी ओला दा अपनी कैंट होस्ट है जीतो. आई गिव यू न्यू नेम इन माय मदर टंग जीतो. Oh, what does that mean? Мен जीतो लाइक इट्स पॉपुलर नेम. जीतो. जीतो फॉर वुमेन. Is it connected with yeah, my real name? Yeah. How? Because my audience connected with you. If I say you, Jito. Mm-hmm. Okay. Now Ola is Jito. I'm Jito. All right. Thanks. So I have to give you a Russian name as well. You sure? What's your name in your language? Pargat. Pargat. So yeah. Let's make it Russian. Pargat's Russian name could be Pavel. 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 ਤੇ ਤੁਹਾਡਾ ਪਾਵਲ ਤੁਹਾਡਾ ਪ੍ਰਗਟ ਹੋ ਗਿਆ ਪਾਵਲ ਤੇ ਜੀਤੋ ਓਲਾ ਜੀਤੋ ਪਾਵਲ ਪਾਵਲ ਤੇ ਜੀਤੋ ਦੀ ਜੋੜੀ ਦੱਸੋ ਕਿਵੇਂ ਲੱਗੀ ਕੈਂਟ ਆਈ ਆਲਸੋ ਆਈ ਕੈਨ ਕਾਲ ਯੂ ਪਾਸ਼ਾ ਪਾਸ਼ਾ ਅ ਸ਼ੋਰਟ ਨੇਮ ਫॉर ਪਾਵਲ ਇਜ਼ ਪਾਸ਼ਾ ਆਈ ਥਿੰਕ ਪਾਵਲ ਇਜ਼ ਗੁੱਡ ਪਾਵਲ ਇਜ਼ ਗੁੱਡ ਓਕੇ ਪਾਵਲ ਪਾਵਲ ਤੇ ਹੁਣ ਆਪਾਂ ਚੱਲਦੇ ਆ ਤੇ ਇੱਥੇ ਚਰਚ ਹੈ ਬੜਾ ਸੋਹਣਾ ਉੱਥੇ ਲੈ ਕੇ ਚੱਲਦੇ ਆ ਸਿੱਧਾ